ਢਾਡੀ ਗੁਰਪ੍ਰੀਤ ਸਿੰਘ ਅਠੂਰ ਤੇ ਵਾਹਿਗੁਰੂ ਪਾਲ ਸਿੰਘ ਬੁਰਜ ਕਲਾਰਾਂ ਪੇਸ਼ ਕਰਦੇ ਹਨ ਸਾਜਨ ਸਟੂਡੀਓ ਦੀ ਭੇਟ। ਢਾਡੀ ਕੁਲਵੰਤ ਸਿੰਘ ਅਠੂਰ ਵਾਲਿਆਂ ਦੇ ਬੋਲ ਅਣਖੀਲੇ ਮਰਦ ਅਣਖੀਲੇ ਮਰਦ ਖੀਲੇ ਗਿੱਲਾ ਸੁੱਕਾ ਨਾ ਵੇਖਦੀ ਅੱਗ ਸਿੰਘੋ ਹੋ ਪੁੱਤ ਸ਼ੀਣੀ ਦਾ ਇੱਕੋ ਹੀ ਸ਼ੇਰ ਹੁੰਦਾ ਹੋ ਤੇ ਫਿਰਦਾ ਹੁੰਦਾ ਲੱਥ ਜਾਂਦੀ ਹੈ ਸਿਰਾਂ ਤੋਂ ਪੱਗੂ ਸਿੰਘੋ ਹੋ ਮੁੱਲ ਅਣਖਦਾ ਔਰਖਾ ਮਰਨ ਪਿਛੋਂ ਹੋ ਤੇ ਯਾਦ ਕਰਦਾ ਹੈ ਸਾਰਾ ਜੱਗ ਜੋ ਗੁਰੂ ਰੂਪ ਖਾਲਸਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਿੱਖ ਧਰਮ ਦੀ ਗੱਲ ਕਰਨ ਲੱਗੇ ਹਾਂ ਜਿਸ ਧਰਮ ਦੀ ਖਾਤਰ ਕਲਗੀਧਰ ਪਾਤਸ਼ਾਹ ਨੇ ਆਪਣਾ ਸਾਰਾ ਸਰਬੰਸ ਕੌਮ ਲੇਖੇ ਲਾਇਆ। ਉਹਨਾਂ ਦੇ ਦੱਸੇ ਮਾਰਗ ਦੇ ਚੱਲਦਿਆਂ ਸਿੰਘਾਂ ਸੂਰਮਿਆਂ ਨੇ ਆਪਣੇ ਧਰਮ ਨੂੰ ਆਂਚ ਨਹੀਂ ਜਾਣ ਦਿੱਤੀ। ਭਾਵੇਂ ਉਹਨਾਂ ਨੇ ਬੰਦ ਬੰਦ ਕਢਵਾਏ, ਚਰਖੜੀਆਂ ਤੇ ਚੜ੍ਹੇ, ਖੋਪੜੀਆਂ ਤਰਾਈਆਂ, ਦੇਗਾਂ ਵਿੱਚ ਉਬਾਲੇ ਖਾਧੇ, ਆਰਿਆਂ ਨਾਲ ਜਿਸਮ ਨੂੰ ਦੁਫਾੜ ਕਰਵਾਇਆ, ਪਰ ਆਪਣੇ ਸਿਦਕ ਦੇ ਧਰਮ ਨੂੰ ਬਰਕਰਾਰ ਰੱਖਿਆ। ਕਿਸੇ ਸ਼ਹਿਰ ਨੇ ਲਿਖਿਆ, ਸੌਣ ਚਿੜੀ ਕਹਾਉਂਦਾ ਸੀ ਕਿਸੇ ਵੇਲੇ, ਭਾਰਤ ਵਰਸੇ ਹਿੰਦੁਸਤਾਨ ਸਾਡਾ, ਸਾੜਦੇ ਰਹੇ ਹਾਂ ਸਿਦਕ ਦੀ ਸਭਾ ਉੱਤੇ, ਉੱਚਾ ਰੁਤਬਾ ਰਿਹਾ ਮਹਾਨ ਸਾਡਾ, ਠੋਕਰਾਂ ਮਾਰਦੇ ਰਹੇ ਨਵਾਬੀਆਂ ਨੂੰ, ਸਾਬਤ ਰਿਹਾ ਹੈ ਧਰਮ ਇਮਾਨ ਸਾਡਾ, ਅਣਖ ਆਬਰੂ ਲਈ ਤੂਫਾਨ ਬਿੱਲੇ, ਰਤ ਮਿੱਝਦਾ ਹੋਇਆ ਹੈ ਕਹਾਣ ਸਾਡਾ, ਅਣਖੀਲੇ ਮਰਦਾਂ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ। ਭਾਈ ਕੁਲਵੰਤ ਸਿੰਘ ਦਿਓਲ ਅਠੂਰ ਵਾਲ ਦਾ ਢਾਡੀ ਜੱਥਾ ਫੇਰ ਕਿਉਂ ਪੇਸ਼ ਕਰਦੇ ਆ? ਧਰਮ ਦੀ ਹਾਨੀ ਅਣ
पुरश कदे नक ते बैण देण ना मक्खी हट यार दे ते गांदे सेंदे ना तान्या दी तानी अण खिले मर्द कदे यार दे नहीं धर्म दी हानी अण खिले मर्द कदे यार दे नहीं धर्म दी हानी जो मिथे निशाने ते